ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਵੇ ਤੂੰ ਸੁਧਰਨਾ ਹੈ ਕਿ ਨਹੀਂ, ਨਹੀਂ ਤਾਂ ਤੈਨੂੰ ਪੁਲਿਸ ਕੋਲੋਂ ਫੜਵਾ ਦੇਣਾ ਹੈ। ਇਹ ਧਮਕੀ ਆਮ ਤੌਰ ਦੇ ਉੱਤੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਸੁਧਾਰਨ ਵਾਸਤੇ ਦਿੰਦੇ ਹਾਂ, ਪਰ ਕਈ ਵਾਰ ਇਹ ਧਮਕੀ ਪੁੱਠੀ ਵੀ ਪੈ ਸਕਦੀ ਹੈ। ਇਸ ਖਬਰ ਨੂੰ ਦੇਖ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਏਗਾ। ਇਹ ਤਸਵੀਰਾਂ ਨੇ ਲੁਧਿਆਣਾ ਦੀਆਂ। ਲੁਧਿਆਣਾ ਦੇ ਵਿੱਚ ਇੱਕ ਪਤਨੀ ਨੂੰ ਪਤੀ ਬਹੁਤ ਤੰਗ ਕਰਦਾ ਸੀ। ਆਖਿਰਕਾਰ ਪਤਨੀ ਨੇ ਤੰਗ ਆ ਕੇ ਪੁਲਿਸ ਬੁਲਾ ਲਈ ਅਤੇ ਸੋਚਿਆ ਇੱਕ ਘੰਟਾ ਜੇ ਪੁਲਿਸ ਕੋਲ ਰਹੇਗਾ ਤਾਂ ਪਤੀ ਸੁਧਰ ਜਾਏਗਾ। ਪਰ ਇਸ ਦਾ ਨਤੀਜਾ ਤਾਂ ਉਲਟ ਹੀ ਹੋ ਗਿਆ। ਪਤੀ ਨੇ ਨਮੋਸ਼ੀ 'ਚ ਥਾਣੇ 'ਚ ਫੰਦਾ ਲਾ ਲਿਆ ਅਤੇ ਇਸ ਤੋਂ ਬਾਅਦ ਜਦੋਂ ਪਤੀ ਦੀ ਮੌਤ ਦੀ ਖਬਰ ਘਰ ਪਹੁੰਚੀ ਤਾਂ ਪਤਨੀ ਦੀ ਜ਼ਿੰਦਗੀ 'ਚ ਕੋਹਰਾਮ ਮੱਚ ਗਿਆ। ਹੁਣ ਉਹ ਆਪਣੇ ਫੈਸਲੇ 'ਤੇ ਪਛਤਾ ਰਹੀ ਹੈ। ਮ੍ਰਿਤਕ ਦੀ ਭੈਣ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਉਸਦੀ ਭਾਬੀ ਸਿਰਫ ਭਰਾ ਨੂੰ ਸਮਝਾਉਣਾ ਚਾਹੁੰਦੀ ਸੀ। ਲਾਪਰਵਾਹੀ ਤਾਂ ਪੁਲਿਸ ਨੇ ਕੀਤੀ ਹੈ। ਤੁਸੀਂ ਆਪ ਹੀ ਸੁਣੋ ਕੀ ਕਹਿ ਰਹੀ ਹੈ ਮ੍ਰਿਤਕ ਦੀ ਭੈਣ ਤੇ ਕੀ ਕਹਿਣਾ ਹੈ ਪੁਲਿਸ ਅਫਸਰ ਦਾ। ਮੇਰਾ ਬ੍ਰਦਰ ਸੀ ਜਿਹੜਾ ਮੁੱਕ ਗਿਆ, ਮੇਰਾ ਬ੍ਰਦਰ ਸੀ ਸਰ, ਸਰ ਉਹ ਜੀ ਓ ਜੀ ਅਫਸਰ ਸੀਗਾ, ਫੌਜੀ ਰਿਟਾਇਰਮੈਂਟ ਸੀਗਾ ਸਰ, ਅਤੇ ਮੀਆਂ ਬੀਬੀ 'ਚ ਝਗੜਾ ਹੋਇਆ ਇਹਨਾਂ 'ਚ ਦੋਨਾਂ 'ਚ, ਅੱਗੇ ਵੀ ਹੁੰਦਾ ਸੀਗਾ, ਅੱਗੇ ਵੀ ਹੁੰਦਾ ਸੀ, ਹੁਣ ਵੀ ਹੋਇਆ। ਇਹ ਕਹਿੰਦੀ ਹੋਣੀ ਚੱਲ ਉਹਨੂੰ ਸੁਧਾਰਨ ਵਾਸਤੇ ਮੈਂ ਥੋੜ੍ਹਾ ਜਿਹਾ ਵੀ ਕਾਬੂ ਨਹੀਂ ਆਉਂਦਾ ਸੀ ਘਰ, ਅਤੇ ਮੈਂ ਪੁਲਿਸ ਕਸਟਡੀ ਵਿੱਚ ਦੇ ਦਿੰਦੀ ਹਾਂ ਵੀ ਚੱਲ ਉਹਦਾ ਕੁਛ ਉੱਥੇ ਇੱਕ ਘੰਟੇ ਬਾਅਦ ਲੈ ਆਊਂਗੀ। ਉਹ ਘੰਟਾ ਹੋਇਆ ਹੀ ਨਹੀਂ ਸਰ, ਉਹ ਇੱਕ ਘੰਟੇ ਬਾਅਦ ਆ ਗਏ ਪੁਲਿਸ ਵਾਲੇ, ਉਹ ਕਹਿੰਦੇ ਵੀ ਉਹਨੇ ਆਤਮ ਹੱਤਿਆ ਕਰ ਲਈ ਆ ਸਰ। ਜਦੋਂ ਆਪਾਂ ਕਿਸੇ ਨੂੰ ਕਿਸੇ ਦੀ ਕੇਅਰ ਵਾਸਤੇ ਛੱਡ ਕੇ ਆਉਂਦੇ ਹਾਂ ਨਾ, ਪੁਲਿਸ ਕਸਟਡੀ ਵਿੱਚ ਛੱਡ ਕੇ ਆਉਂਦੇ ਹਾਂ ਕੇਅਰ ਵਾਸਤੇ ਛੱਡ ਕੇ ਆਉਂਦੇ ਹਾਂ, ਅਤੇ ਇਹ ਪੁਲਿਸ ਦੀ ਲਾਪਰਵਾਹੀ ਨਾਲ ਨਹੀਂ ਹੋਇਆ। ਸਰ ਕੀ ਹੋਇਆ ਵਾ, ਕਿਹੜਾ ਥਾਣੇ ਵਿੱਚ ਇੱਕ ਕੈਦੀ ਨੇ ਖੁਦਕੁਸ਼ੀ ਕੀਤੀ ਹੈ, ਇਹਦਾ ਮਾਮਲਾ? ਸਾਡੇ ਕੋਲ ਕੰਪਲੇਂਟ ਦਿੱਤੀ ਸੀਗੀ ਜੀ ਇੱਕ ਲੇਡੀ ਜਿਹੜੀ ਮਨਜੀਤ ਕੌਰ ਨੇ ਆਪਣੇ ਹਸਬੈਂਡ ਸਰੂਪ ਸਿੰਘ ਦੇ ਖਿਲਾਫ ਕਿ ਸ਼ਰਾਬ ਪੀ ਕੇ ਮਾਰਦਾ ਕੁੱਟਦਾ ਹੈਗਾ। ਕੱਲ੍ਹ ਥਾਣੇ ਦਰਖਾਸਤ ਆਈ ਸੀਗੀ। ਕਿਹੜੇ ਥਾਣੇ? ਲਾਡੋਵਾਲ ਥਾਣੇ। ਉਸ ਤੋਂ ਬਾਅਦ ਅਸੀਂ ਜਾ ਕੇ ਮੌਕੇ 'ਤੇ ਜਦੋਂ ਪੁਲਿਸ ਨੇ ਦੇਖਿਆ ਤਾਂ ਆਪਸ 'ਚ ਇਹਨਾਂ ਦਾ ਕਾਫੀ ਉਹ ਸੀਗਾ, ਡਿਸਪਿਊਟ ਚੱਲ ਰਿਹਾ ਸੀਗਾ, ਉਹ ਬੰਦਾ ਡਰੰਕ ਸੀਗਾ। ਉਸ ਤੋਂ ਬਾਅਦ ਫਿਰ ਉਹਨੂੰ ਜਾ ਕੇ ਥਾਣੇ ਲਿਆ ਕੇ ਉਹਦੀ ਪ੍ਰੀਵੈਂਟਿਵ ਐਕਸ਼ਨ ਲਿੱਤਾ ਗਿਆ, 57 ਕੀਤੀ ਗਈ ਅਤੇ ਉਹਦੀ ਫੋਰਮਲ ਅਰੈਸਟ ਪਾਈ ਗਈ ਸੀਗੀ। ਉਸ ਤੋਂ ਬਾਅਦ ਜੋ ਥੋੜ੍ਹੀ ਦੇਰ ਤੋਂ ਬਾਅਦ ਜਿਹੜੇ ਬੰਦੇ ਨੇ ਇਹ ਆਪਣਾ ਹਵਾਲਾਤ ਦੇ ਅੰਦਰ ਸੁਸਾਈਡ ਕਰ ਲਿਆ। ਉਸ ਤੋਂ ਬਾਅਦ ਜਿਹੜਾ ਇਹ ਮਾਮਲਾ ਪਰਿਵਾਰ ਦੇ ਨੌਲੇਜ ਅਤੇ ਉਸ ਤੋਂ ਬਾਅਦ ਜੁਡੀਸ਼ੀਅਲ ਜਿਹੜੇ ਮੈਜਿਸਟਰੇਟ ਹੈ ਉਹਨਾਂ ਦੇ ਨੌਲੇਜ 'ਚ ਲਿਆਂਦਾ ਗਿਆ, ਅਤੇ ਜੁਡੀਸ਼ੀਅਲ ਜਿਹੜੀ ਇਨਕੁਆਇਰੀ ਹੈ ਇਨਕੁਐਸਟ ਹੈ ਉਹ ਚੱਲ ਰਹੀ ਹੈ ਅਤੇ ਜੱਜ ਸਾਹਿਬ ਕਰ ਰਹੇ ਹਨ। ਸਰ ਸੁਸਾਈਡ ਕਿਸ ਤਰੀਕੇ ਨਾਲ ਕੀਤਾ ਗਿਆ, ਕਿਸ ਤਰੀਕੇ ਨਾਲ ਆਪਣੇ ਆਪ ਨੂੰ? ਜਿਹੜਾ ਐਗਜੈਕਟ ਰੀਜ਼ਨ ਹੈ ਉਹ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ, ਲੇਕਿਨ ਜੋ ਹਲੇ ਬਾਹਰੋਂ ਪਤਾ ਲੱਗਦਾ ਹੈ ਕਿ ਉਹ ਹੈਂਗਿੰਗ ਲੱਗ ਰਹੀ ਹੈ, ਕਿਸੇ ਨੇ ਕੱਪੜਾ ਬੰਨ ਕੇ ਉੱਥੇ ਹੈਂਗ ਕਰ ਲਿਆ। ਬਾਕੀ ਐਗਜੈਕਟ ਜਿਹੜਾ ਕੌਜ਼ ਆਫ ਡੈਥ ਹੈਗਾ ਉਹ ਪੋਸਟਮਾਰਟਮ ਤੋਂ ਬਾਅਦ ਪਤਾ ਲੱਗਦਾ।